ਮੇਰਾ ਕੁਝ ਕਰੋ ਪੁੱਤਰ, ਮੈਂ ਤਾਂ ਲੱਤੇ ਨੂੰ ਬਹਿ ਗਿਆ, ਤੁਰਨ ਫਿਰਨ ਨੂੰ ਕਿਉਂ? ਅੱਬਾ ਹਸਪਤਾਲ ਤਾਂ ਜੁਲਦਾ ਨੀ ਵੀ ਨਾ ਮੇਰਾ ਪੁੱਤਰ ਨਾ ਹਸਪਤਾਲ ਤੁਮੇ ਕੋ ਡਰ ਲੱਗਦੇ ਜੀ ਕੁ ਸਲਾਈ ਦੇਈ ਸਾਡਾ ਹਸਪਤਾਲ ਐ ਬੇਦੀ ਲੱਭ ਕਾਪ ਕੇ ਤੇ ਲੱਤ ਲੱਤ ਕਾਪ ਕੇ ਤੇ ਡਾਕਟਰ ਲੱਤ ਕਾਪ ਕੇ ਤੇ ਉਹ ਚਾਚੇ ਬਸ਼ਕੂਦੀ ਨਹੀਂ ਲੱਤ ਕਪੀਤ ਗਈ ਅੱਬਾ ਅੱਬਾ ਵੱਡੇ ਦੀ ਗਾਲੀ ਜਨਾਬ ਮੈਂ ਪੜਿਆ ਲਿਖਿਆ ਮੇਰੇ ਕੋ ਪਤਾ ਹੈ ਡਾਕਟਰ ਲੱਤ ਕਾਪ ਕੇ ਕਸਾਈ ਹੈ ਡਾਕਟਰ ਹੈ ਮੈਂ ਯਾਰ ਹਕੀਮ ਹੈ ਮੈਂ ਕੋ ਸਾਧਨ ਨਦ ਰਹੀ ਸੀ ਗਾਲੀ ਇਲਾਜ ਕਰੇ ਦੇ ਬੱਲੇ ਹਕੀਮ ਹੈ ਕੋ ਹੁਣ ਜਦੀਦ ਦੌਰ ਹਕੀਮ ਹੈ ਕੋ ਨੂੰ ਇਲਾਜ ਕਰਾਉਣਾ ਹਕੀਮ ਫਾਇਦਾ ਨਹੀਂ ਦੇ ਨੁਕਸਾਨ ਨਹੀਂ ਦੇ ਚੱਕਾ ਕੀ ਵੀ ਓਏ ਕਹੀਂ ਕੋ ਸਾਦੀ ਹਮ ਸੋ ਜਾਂ ਲੜ ਸੋ ਬੇਟੇ ਸਾਦਮ ਦਾ ਹੀ ਸਹੀ ਸਾਦਮ ਦਾ ਅੱਬਾ ਹਕੀਮ ਰੜੇ ਹਕੀਮ ਨਾ ਸਾਡਾ ਹੁੰਦੇ ਹੁਣ ਚੰਗਾ ਫਰਿਸ਼ਤਾ ਸਾਡਾ ਸਾਹ ਕੱਢ ਵਜੇ ਆਪੇ ਦਾ ਦੇਖ ਵਾ ਹੀ ਹੀ ਕੋਈ ਸੰਗੇ ਪੜਾਏ ਸੇ ਮੈਂ ਮਿਹਨਤ ਜ਼ਮੀਨ ਆ ਰਹਾ ਲੋਕਾਂ ਦਾ ਮਜ਼ਦੂਰੀਆ ਕਰ ਹੀ ਕੋ ਪੜਾਏ ਸੇ ਅੱਜ ਇਹ ਸ਼ਾਨੀ ਬੱਲੇ ਬਿਰਾ ਦਾ ਇੱਕ ਕਦਰ ਕਹਿੰਦਾ ਪਈ ਨਾ ਤੇ ਹੁਣ ਪੜਾਏ ਵੇ ਤਾਂ ਚੰਗਾ ਮਸ਼ਹੂਰ ਤੇ ਦਿੰਦਾ ਬੇਟਾ ਅੱਬਾ ਤੇਰੇ ਸਾਰੇ ਟੈਸਟ ਥੀ ਸਨ ਹਾਂ ਦਾ ਜਿਗਰ ਦਾ ਸੀਸੀਟੀਵੀ ਈਸੀਟੀਵੀ ਜਿੰਨੇ ਟੈਸਟ ਹੁੰਦੇ ਨਾ ਤੇਰੇ ਸਾਰੇ ਕਰਵਾ ਦੇਵਣੇ ਮੈਂ ਲੈ ਹਕੀਮ ਸਹੀ ਰਾਸੇ ਤੇਰੇ ਤੇ ਬਸ ਹਕੀਮ ਹਕੀਮ ਨਾ ਨਾ ਅੱਬੇ ਦਾ ਡਾਕਟਰ ਕੋ ਨੂੰ ਇਲਾਜ ਨਾ ਹਕੀਮ ਕੋ ਨੂੰ ਕਰਵੇ ਸੂ ਅਦਾ ਕਿਉਂ ਹਕੀਮ ਮੇਰੇ ਯਾਰ ਇਥੇ ਹੀ ਸਾਡਨ ਦਾ ਓਏ ਮੇਰੇ ਜਿੰਦੇ ਤਾਂ ਨਾ ਲੜੋ ਜਦੋਂ ਮੈਂ ਮਾਰ ਵਣਾ ਵਾਲਾ ਲੜੀ ਜੋ ਤੇਰਾ ਭੱਲਾ ਸੁਚੇ ਨਾ ਬਾ ਇਹ ਤੇਰਾ ਬੁਰਾ ਸੁਚੇ ਦੀ ਬਹੁਤ ਅੱਛੇ ਭੱਲਾ ਜਿਹੜਾ ਤੂੰ ਸੁਚੇ ਨਾ ਵਦੀ ਨਾ ਇਹ ਜਿਹੜਾ ਤੂੰ ਹਕੀਮ ਖੇਨਮ ਸੀ ਪੱਤੇ ਰਗੜ ਰਗੜ ਤੇ ਪਿਲਾ ਦੇ ਅੱਬੇ ਤੇ ਜ਼ੇਰੇ ਗਾਲ ਰੱਖੇ ਸੀ ਬੁੱਕੇ ਗਾਲ ਰੱਖੇ ਸੀ ਉਹ ਨੁਕਸਾਨ ਕਹਣਾ ਸੀ ਜਿਹੜਾ ਦਵਾਈਆਂ ਪਿਲੇ ਨੇ ਗੁਰਦੇ ਗਾੜ ਗਿੰਦੇ ਸੁਣੀ ਖਬਰਾਂ ਅਗਲੇ ਦੀ ਸੁਣਦਾ ਪਿਆਵੇਂ ਵਾਹ ਮੈਂ ਕਾਣ ਕਰੇ ਨੇ ਨਹੀਂ ਉਹ ਹੁੰਦੇ ਕਢੇ ਨੇ ਗੁਰਦੇ ਜੀ ਨਾ ਅੱਗੇ ਪੁੱਛੂ ਕੋਈ ਨਾ ਹੋਵੇ ਮੈਂ ਅੱਬੇ ਦੇ ਸਿਰ ਤੇ ਖੜਾ ਨਾ ਸਾਂ ਬੱਦਾ ਤੂੰ ਅਬੂ ਜ਼ੈਬੀ ਦੇ ਹਸਪਤਾਲ ਵਿੱਚ ਅਫਸਰ ਲਗਾਵੇਂ ਬਸ ਪਿਉ ਦੇ ਸਿਰ ਤੇ ਰਹੀ ਜੋ ਕਹੀਂ ਕੋ ਸਾਡ ਨਾ ਵੀ ਜੋ ਹੁਣ ਮੈਂ ਵੇਦਾ ਪੇ ਵੀ ਅੱਬਾ ਹਕੀਮ ਕੋ ਸਾਡ ਤੇ ਕਹਿਣਾ ਤੇ ਇੱਥੇ ਹੀ ਇਲਾਜ ਕਰਾਂ ਹੀ ਖੱਟੜੇ ਤੇ ਇੱਥੇ ਹੀ ਪੰਜਾ ਬਾਹਰ ਖੇਡ ਮੈਂ ਜ਼ਰੂਰਤ ਹੀ ਕਰਨਾ ਪੋਤੇ ਬਾਅਦ ਮੇਰਾ ਪੋਤ ਅੱਬਾ ਮੇਰੇ ਇਹਰੇ ਮੇਰੇ ਹੱਥ ਬੱਦੀ ਖੜਾ ਲੱਤਾਂ ਡੂਹੀ ਤੇਰੇ ਮਾਰਿਆ ਪੈਨ ਹਕੀਮ ਦਾ ਕੰਮ ਕਹਿ ਨਹੀਂ ਮੈਂ ਕੋਈ ਇਜਾਜ਼ਤ ਦੇ ਇੱਕ ਦਵਾ ਮੈਂ ਡਾਕਟਰ ਸਾਡਮ ਦਾ ਮੈਂ ਬਲਕਿ ਤੂੰ ਇਜਾਜ਼ਤ ਦੇ ਨਾ ਦੇ ਮੈਂ ਵਲਾ ਹੀ ਸਾਡਮ ਦਾ ਤੇਰੇ ਦੇ ਬਾਅਦ ਹਕੀਮੇ ਗੁਨੇ ਅੱਜ ਹੈ ਕਿਆ ਪੁਰਾਣੇ ਕਿਤਾਬਾਂ ਲੋੜ ਕੇ ਫਟ ਕੇ ਡਾਕਟਰ ਹੋਸੇ ਹੈ ਇੱਥਾ ਤੇ ਕੋਈ ਇਲਾਜ ਕਰੇ ਸੇ ਰੱਖੇ ਸੇ ਬਿਮਾਰੀ ਲੱਭੇ ਸੇ ਤੇਰਾ ਵਾਲੀ ਇਲਾਜ ਕਰੇ ਸੇ ਹਕੀਮ ਦਾ ਆਉਣਾ ਹੀ ਮੈਂ ਦੇਖਣੇ ਤੇ ਓਏ ਹੋਏ ਹੋਏ ਹਿੰਦਾ ਤਾਂ ਫਲਾਣੀ ਬਿਮਾਰੀ ਏ ਹੇ ਤੇ ਕੋ ਲੱਤੇ ਦੀ ਬਿਮਾਰੀ ਦੇ ਤੇ ਕੋ ਗੁਰਦੇ ਦੀ ਦਵਾ ਵੈਸਨ ਫਾਇਦਾ ਹੈ ਕੋਈ ਗੱਲ ਸਹੀ ਕੀਤੀ ਮੇਰਾ ਪੋਤਰਾ ਹਾਂ ਮੈਂ ਤੇਰਾ ਛੋਟਾ ਪੋਤਰਾ ਮੈਂ ਤੇਰਾ ਪਿਆਰ ਕਰੇ ਦਾ ਆਪਾ ਮੈਂ ਤੇ ਕੋ ਮਰਦਾਰੀ ਦੇਖ ਸਕਦਾ ਮੇਰਾ ਡਾਕਟਰ ਵਾਕਫ ਹੈ ਮੈਂ ਹੁਣੇ ਸੱਡੀਮ ਦਾ ਬੰਨ ਬੰਨ ਹਾਂ ਇੱਥੇ ਇੱਥੇ ਹੀ ਆ ਬਾਬਾ ਬਾਰਾ ਪਾਣੀ ਤਾਂ ਨਹੀਂ ਪੀਣਾ ਕਹਿੰਦਾ ਬੰਨ ਮੇਰਾ ਠੀਕ ਹੈ ਆਇਆ ਮੈਂ ਡਾਕਟਰ ਕੋ ਸਾਡਾ ਓਏ ਬਹਿ ਗਿਓ ਸੇ ਨਾ ਤਾਂ ਆਪਣਾ ਇਲਾਜ ਤਾਂ ਆਪ ਹੀ ਕਰ ਕੇ ਨੂੰ ਆ ਬਸ ਮੁੱਕ ਜੋ ਗਿਓ ਸੇ ਹਾਏ ਖਾਲ ਦਾ ਠੀਕ ਹੈ ਹਾਏ ਠੀਕ ਹੈ ਵੇ ਕੁਠੀ ਖੜੋ ਬਾ ਖੱਕ ਭਨੀ ਚ ਪੋਸੇ ਸਾਰੇ ਨਾ ਬੈਠੇ ਕਰੋ ਓਏ ਹੋਏ 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 ਜਵਾਨ ਕੋ ਮੁਕਈ ਖੜੋ ਹੈ ਮਾਨ ਕੋ ਮੁਕਈ ਖੜੋ ਕਾ ਕਿਤੀ ਖੜੇ ਵੇ ਬੱਚਾ ਕਿਆ ਪੇ ਇਲਾਜ ਪਹਿਲੇ ਕਿਥੋਂ ਕਰਵਾਏ ਵੇ ਸਹੀ ਬਜ਼ੁਰਗੋ ਬਸ ਕਹੀ ਵੇਲੇ ਕੇ ਕੁਝ ਸਾਧਮ ਦੇ ਕਹੀ ਵੇਲੇ ਕੇ ਕੁਝ ਸਾਧਮ ਇਹੋ ਤਾਂ ਮੌਤ ਏ ਮੇਰਾ ਛੋਟਾ ਵੀਰਾ ਉਹ ਖਰਾਬ ਆ ਕਿਤੇ ਖੜਿਆ ਛੋਟਾ ਵੀਰਾ ਕਿਤੇ ਖੜਿਆ ਬਾਬਾ ਦਾ ਤੂੰ ਹੀ ਪੱਗ ਤੇਨੇ ਸਿਰ ਤੇ ਆਮਨੇ ਬਾਹਰ ਤਾਂ ਤੈ ਨਹੀਂ ਭਾਵਣੇ ਤੂੰ ਮੇਰੇ ਖਲੇ ਕੋ ਮਾਰਨ ਚਾਹੁੰਦੀ ਛੋਟੇ ਦਾ ਅੱਖਾਂ ਮਨੇ ਸੇ ਵੈਸੇ ਪਿਆ ਜਵਾਨ ਬਜ਼ੁਰਗੋ ਤਾਂ ਕੋਈ ਜਾ ਇਲਾਜ ਕਰੇਂਦਾ ਪਿਆ ਤੂੰ ਨੂ ਨਹੀਂ ਬਾਦ ਵਿੱਚ ਉੱਠੀ ਤੇ ਫੱਜਦੇ ਵਦੇ ਉਸ ਫੁੱਟਬਾਲ ਵਦੇ ਖੇਡਦੇ ਹੋ ਸੋ ਉਹ ਸਹੀ ਭਾਵੇਂ ਫੁੱਟਬਾਲ ਨਾ ਖੇਡ ਸਕਾਂ ਗੁੱਲੀ ਡੰਡਾ ਤਾਂ ਖੇਡ ਜੋ ਗੱਦੀ ਬਵਾਜ ਤੈ ਢੇਰ ਇਹ ਮੁਲੱਟੀ ਕੋ ਮਾ ਦੇਦਾ ਪਿਆ ਲੱਕੜੇ ਸਾਡੀ ਬੜੀ ਗੱਲ ਠੀਕ ਦੀ ਵੈਸੇ ਇੱਕ ਚਬਾ ਬਜ਼ੁਰਗਾ ਚਬਾ ਜਿਤਰਾ ਦਿਲ ਕਰੀ ਕਾ ਖਾਈ ਕੱਢੋ ਆਪਾ ਸਮਾਨ ਇਕੱਠਾ ਕਰ ਓਏ ਸਈਆ ਤੇ ਕੋ ਤਾਂ ਮੈਂ ਕੰਮ ਵਾਹ ਤੇ ਕੋ ਸਿਖਾਇਓ ਜਲਦੀ ਕਰੀ ਦੇ ਮਰੀਜ਼ ਚੋਰ ਬਣੇ ਬਲਾ ਸਮਾਨ ਰੋਜ਼ੀ ਸਿਤਾਵੇ ਸਪੀਡ ਨਾਲ ਕੰਮ ਕਰੀ ਦੇ ਇਹ ਕੋ ਰਗੜਾ ਦੇ ਤਕੜਾ ਕਰਤੇ ਆਏ ਰੇ ਬਚ ਪੋਸੋ ਇਹ ਕੱਢਣ ਦਾ ਗੋਨੇ ਦੀ ਬਾ ਇਹ ਬਾਸੀ ਨੇ ਸਾਲ ਖਾਂ ਸੇ ਜੀ ਆ ਜਾ ਚੰਗੇ ਭਲੇ ਬੈਠੇ ਦੁਖਦੇ ਬੰਦੇ ਆ ਸੇ ਗੋਡੇ ਅਸਲ ਤੁਹਾਡੇ ਨਾ ਗੋਡੇ ਚ ਗੈਸ ਪਹਿ ਗਈ ਹੈ ਗੈਸ ਜਿਹੜੀ ਹੁੰਦੀ ਹੈ ਨਾ ਇਹ ਬੰਦੇ ਕੋ ਜਾਮ ਕਰ ਦਿੰਦੀ ਹੈ ਪੁਰਾਣੇ ਪੁਰਜ਼ੇ ਨਾ ਜਿਵੇਂ ਤਰੀਸ ਨਾ ਮਿਲੇ ਹੁਣ ਵਾਲੇ ਪੁਰਜ਼ੇ ਚਕੜੀ ਜਵੇਂ ਨਾ ਤੁਹਾਡੇ ਨਾਲ ਉਹ ਸ਼ੱਕਿਆ ਬੇ ਇਹ ਜਿਹੜੀ ਤੋ ਕੁੜੇ ਨਾ ਪੈ ਨਾ ਇਹਦੀ ਵਾ ਵਿੱਚ ਕੱਢ ਗਿੰ ਸੇ ਇਹ ਜਿਹੜੀ ਪਹਿਲੀ ਫੱਕੀ ਖਵਾਇਨ ਇਹਦੇ ਤੇ ਕੋ ਪੇਟ ਹਲਕਾ ਥੀ ਨਾ ਪੇ ਠੀਕ ਆ ਬਾਈ ਮੈਂ ਸਮਝੋ ਮੈਂ ਹਲਕੇ ਥੀ ਹੋਵੇ ਤਾਂ ਸਮਝੋ ਖੁਦ ਹਲਕੇ ਥੀ ਮੈਂ ਕੰਮ ਕਰ ਵਾਏ ਕੰਮ ਕਰ ਜੀ ਅਸੇ ਜੀ ਆ ਕੁੱਟਿੰਦਾ ਤੇ ਬੈਠਾ ਇਹ ਮਰੀਜ਼ ਕਿਤੇ ਮਹੀਨਾ ਨਹੀਂ ਇਲਾਜ ਕਰਨਾ ਇੱਕ ਬਾਸੀ ਵਿੱਚ ਘੰਟੇ ਦੇ ਵਿੱਚ ਉਠਾ ਤੇ ਆਪਾਂ ਕਿਤੇ ਮਰੀਜ਼ ਕਰੇ ਜੁੜਨੇ ਠੀਕ ਹੈ ਤੇ ਹਾਂ ਠੀਕ ਹੈ ਰੋਜ਼ੀ ਤੇ ਰਹਿ ਰਹਾ ਆ ਬਾਹਰ ਸੁਣ ਡਾਕਟਰ ਸਾਹਿਬ ਇਹ ਮੇਰੇ ਸੇ ਅੱਬਾ ਜੀ ਹੈ ਮਰੀਜ਼ ਜੀ ਹਾਂ ਵੀ ਇਹ ਮਰੀਜ਼ ਹੈ ਸਰ
बाबा जी साग गिनो साग गिनो ओ बने साग गिने थोड़ा सा खंगो खंगो ओए होए बड़ा लेट कर देते हो तू सा बड़ा लेट कर देते हो तू क्या कुछ नहीं ध्यान बड़ा लेट कर देते हो चो क्या से तू बीमार हो सही ए हफ्ता खांदे सही मेरी गाल सुनो इन्हें दे करवा मैंने पूछे तो टेस्ट ठीक जी हां पहले तो ये क्या मसला लता मसला तोरा या से लते ना पानी मोगे टोर नहीं मिल सकता ओए होए यार पता नहीं किथा रहया मैं देवे तू सालो देखता मरीज को हूं ले घेरम देवे सारे कने जेल मरीज तोरा बिल्कुल मुका बताओ हाली तो गने से सा ਇਨਹਦਾ ਮੈਂ ਤਾਂ ਉਲਟੇ ਨਾ ਪਿਆ ਹਾਂ ਇਨਹਦਾ ਲੱਤ ਦਾ ਕਰਵਾਉਣਾ ਜਨਾਬ ਐਕਸਰਾ ਐਕਸਰਾ ਜੀ ਆ ਉਹ ਕਰਵਾਉਣਾ ਵੇ ਭਲਾ ਇਨਹਦਾ ਬਲੱਡ ਜਿਹੜਾ ਟੈਸਟ ਕਰਵਾਉਣਾ ਇਨਹਦਾ ਠੀਕ ਹੈ ਇਹਨਾਂ ਦੀ ਸ਼ੂਗਰ ਟੈਸਟ ਕਰਵਾਉਣੀ ਹੈ ਠੀਕ ਹੈ ਯਰਕਾਨ ਟੈਸਟ ਕਰਵਾਉਣਾ ਇਨਹਦਾ ਇਹ ਤੁਸੀਂ ਜਰੋ ਕੈਸਰ ਕਰਵਾਉਣਾ ਇਨਹਦਾ ਟੈਸਟ ਠੀਕ ਹੈ ਅੱਛੀ ਦੀ ਲੈਬਾਰਟਰੀ ਤੋਂ ਚੈੱਕ ਕਰਵਾਉਣਾ ਬਲਕਿ ਨਾ ਤਾਂ ਮੈਂ ਆਪ ਰਹਿਸਾ ਕਿਥੋਂ ਟੈਸਟ ਕਰਵਾਉਣਾ ਤੁਸੀਂ ਠੀਕ ਹੈ ਨਾ ਹਾਂ ਟੈਨਸ਼ਨ ਨਹੀਂ ਗਿਰੇ ਤੁਸੀਂ ਪੈਸੇ ਚੋਖੇ ਲੱਗ ਪੈਸੇ ਚੋਖੇ ਲੱਗਸੇ ਇਹਦੀ ਟੈਨਸ਼ਨ ਨਾ ਗਿਰੇ ਤੁਸੀਂ ਅੱਪਾ 25,000 ਦਾ ਟੀਕਾ ਬੜਾਈ ਬੈਠੀ ਇਹ ਜਿਹੜੀ ਚੰਗੀ ਜੀ ਲੈਬਾਰਟਰੀ ਤੋਂ ਟੈਸਟ ਕਰਵਾਉਣੇ ਨਾ ਇਹ ਹੂੰ ਦੇ ਕੋ ਨੂੰ 12,000 ਮਾਰ ਖੜਸੇ ਵੇ ਉਹ ਹੀ ਖੂਵੀ ਪੰਜਵੀ ਦੇ ਤੇ ਬਿਮਾਰੀ ਸਿੱਧੀ ਕਰਵਾਓ ਸਹੀ ਦਾ ਤਾਰੂਫ ਆਪ ਕੋ ਨੋ ਸਹੀ ਸਹੀ ਹਕੀਮ ਇਬਨੇ ਹਕੀਮ ਹਕੀਮ ਲਾਚੀ ਮੈਂ ਇਹ ਬਿਮਾਰੀ ਜਿਹੜੇ ਤੂੰ ਪੰਜਵੀ ਟੈਸਟ ਲਿਖ ਤੇ ਦੇਂਦਾ ਭਈ ਵੱਡੀ ਲੈਬਾਰਟਰੀ ਤੋਂ ਕਰਾਵਣੇ ਨਾ ਇਹੋ ਮੈਂ ਆਵਣ ਸੇ ਤੇ ਨਾਲ ਤੇ ਹੱਥ ਰੱਖ ਤੇ ਦੇ ਕੇ ਦੇਮ ਜੋ ਗੋਡੇ ਦੇ ਵਿੱਚ ਵਾਏ ਜਿੰਦੀ ਵਜ੍ਹਾ ਤੂੰ ਬਜ਼ੁਰਗ ਨਹੀਂ ਟੁੱਟ ਸਕਦੇ ਪੇ ਤੂੰ ਸਭ ਪੰਜਵੀ ਟੈਸਟ ਤੇ ਨੂੰ ਬਾਅਦ ਵਾਜ਼ੇ ਕਰੇ ਸੋ ਜਿੰਨੂ ਸੇ ਖਵਾਓ ਫੱਕੇ ਆਈ ਨਾ ਕੋ ਮੁਕਾਓ ਇਹਨਾਂ ਦੇ ਗੁਰਤੇ ਉਹ ਸੇ ਤੇ ਵੱਡੇ ਵੱਡੇ ਭਰਾ ਦੇ ਫੈਸਲੇ ਨੇ ਮੈਂ ਤਾਂ ਤੋਕੂ ਘੰਟੇ ਆਇਆ ਹਕੀ ਵੀ ਉਹ ਘੰਟੇ ਆਇਆ ਯਾ ਜੇ ਮੈਂ ਤੁਸਾਂ ਮੇਕੂ ਛੱਡਦੇ ਆਵਣਾ ਇਹ ਕੋ ਕਿਸੇ ਦੇ ਵੇ ਵਾਲਾ ਤੁਸਾਂ ਉਹ ਸੇ ਵੱਡਾ ਭਰਾ ਸਾਡੇ ਕੀ ਕਰਾਂ ਵਾਲਾ ਮੈਂ ਵੱਡੇ ਭਰਾ ਸਮਝਾ ਯਾਰ ਤੁਸਾਂ ਪੀ ਕੋ ਮਾਰਾਂ ਚਾਹਦੇ ਬਚਾਵਾਂ ਡਾਕਟਰ ਸਾਹਿਬ ਇੱਕੋ ਸਾਰਾ ਪੀ ਹੋਏ ਇਹੋ ਬਚਾ ਦੇ ਓਏ ਸਹੀ ਬਾਤ ਪੋ ਸੇ ਅੱਬਾ ਇਹ ਮੈਂ ਖਾਮ ਖਾਈ ਕੋ ਘੰ ਨਹੀਂ ਇਵੇਂ ਤੋ ਆਪੂ ਇੱਕੇ ਟੈਸਟ ਦੇ ਵਿੱਚ ਪਈ ਰੱਖੇ ਸੇ ਰੋਲੇ ਦੀ ਪਈ ਰੱਖੇ ਸੇ ਉਹ ਤਾਂ ਕੱਬਾ ਕੱਬਾ ਰਿਚ ਪੋ ਜੀ ਸੇ ਆਇਆ ਬੈਠਾ ਹੈ ਦੇ ਕੇ ਮੇਰਾ ਤੁਸਾਂ ਲੱਗਾ ਪੇ ਇਹ ਹੁਣੇ ਪਹਿਲੀ ਖੁਰਾਕ ਦੇਣਾ ਪਿਆ ਕੱਲ ਤੋਂ ਆ ਪਿਉ ਜੀ ਕਿ ਫੁੱਟਬਾਲ ਖੇਡਦਾ ਬੈਠਾ ਹੋ ਉਹ ਬਈ ਫੁੱਟਬਾਲ ਖੇਡੇ ਜਾਂ ਨਾ ਕਰੇ ਤੂੰ ਆਪਣੇ ਚਾਹ ਤੂੰ ਕਰ ਫੱਕੇ ਤੇ ਨਿਕਲ ਤੂੰ ਚੱਲ ਇਹ ਟੈਸਟ ਕਰਵਾਓ ਤੂੰ ਸਮਾਂ ਤੇਰਾ ਇਹ ਪਹਿਲੇ ਇਹ ਤੂੰ ਟੈਸਟ ਕਰਵਾਓ ਤੂੰ ਸਾ ਤੇ ਬਲਾ ਮੈਂ ਜਰ ਬਾਕੀ ਮੈਂ ਗੱਲ ਬਾਤ ਕਰਨਾ ਕਿੰਨੀ ਵਧੋ ਆਮ ਦਾ ਬੇੜਾ ਘਰ ਕਿੰਨੀ ਵਧੋ ਇਹ ਟੈਸਟ ਆ ਲਿਖਵਾ ਲਿਖਵਾ ਤੇ ਲੋਕੇ ਕਨੂੰ ਆਪਣੇ ਜੇਬਾਂ ਭਰੀ ਵੰਦੇ ਵੇ ਗਰੀਬ ਮਰੀਜ਼ਾਂ ਦਾ ਨਹੀਂ ਵੇ ਦੇਦੇ ਉਹਨੇ ਨਾ ਖਾਰਤਾ ਦੇ 100 ਦਾ ਬਜ਼ੁਰਗ ਥੇ ਕਿਆ ਜਿਹੜੇ ਇਤਨੇ ਟੈਸਟ ਵੀ 25,000 ਦੇ ਲੈ ਖਰੀਦੀ ਉਹ ਵੀ ਕਾਵੇ ਚੈਨ ਅੰਕਲ 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 ਤੁਹਾਡਾ ਦੌਰ ਮੁੱਕ ਗਏ ਹੁਣ ਡਾਕਟਰ ਦਾ ਦੌਰ ਹੈ ਪੜ੍ਹਿਆ ਲਿਖਿਆ ਦੌਰ ਆ ਗਏ ਹੁਣ ਦੌਰ ਆ ਗਏ ਕੰਪਿਊਟਰ ਦਾ ਜਦੀਦ ਦੌਰ ਆ ਗਏ ਤੁਸਾਂ ਉੱਥੇ ਹੀ ਵਧੇ ਵਿੱਚ ਉਹ ਪੱਕਿਆਂ ਤੇ ਦਵਾਇਆਂ ਤੇ ਪੂੜੀਆਂ ਅੱਲਾ ਦਾ ਨਾਮ ਮੰਨੋ ਅਬਾ ਤੁਸਾਂ ਦਾ ਸਿਰ ਬਸ ਟੈਸਟ ਲਿਖਦੇ ਨਹੀਂ ਹੁਣੇ ਤੁਹਾਡੇ ਤੇ ਹਰ ਪਾਸੋਂ ਪੈਸੇ ਬਣ ਵੈਂਦੇ ਨੇ ਜਿੰਨਾ ਤੁਸਾਂ ਪੜ੍ਹਾਈ ਦੇ ਉੱਤੇ ਪੈਸਾ ਲਾ ਤੇ ਡਾਕਟਰ ਬਣ ਦੋ ਉਹ ਤੂੰ ਤਾਂ ਪਲ ਤਾਂ ਪਹਿਲੇ ਮਹੀਨੇ ਕਮਾ ਵੈਂਦੇ ਵੇ ਅਮੀ ਕਾਲ ਦੀ ਗੱਲ ਹੈ ਮੈਂ ਇੱਕ ਬੰਦੇ ਕੋਲ ਪੁੱਛੇ ਮੇਰਾ ਦੋਸਤ ਹੈ ਮੈਂ ਕਿਹਾ ਕਿਦੇ ਵੇਂਦਾ ਪਈ ਆ ਕਿਸੇ ਵੱਡੇ ਡਾਕਟਰ ਸਾਹਿਬ ਦੀ ਕੋਠੀ ਦਾ ਟਾਇਲਾ ਪਟਵਾ ਤੇ ਨਵੀਆਂ ਲਵਾਉਣੇ ਓਏ ਮੈਂ ਕਿਹਾ ਨਵੀਆਂ ਕਿਉਂ ਲਵਾਉਣੇ ਨੂੰ ਨੇ ਕੋ ਕਿਹਾ ਹੈ ਆ ਕਿਸੇ ਬਾ ਮੈਂ ਮੈਡੀਕਲ ਵਾਲੀ ਕੰਪਨੀ ਦੇ ਵਿੱਚ ਦਵਾਈਆਂ ਵਾਲੀ ਕੰਪਨੀ ਹੈ ਜਾਂ ਤੇ ਡਾਕਟਰ ਸਾਹਿਬ ਦੀ ਫਰਮਾਇਸ਼ ਹੈ ਟਾਇਲਾ ਮੈਚ ਨਹੀਂ ਕਰੇ ਨਿਆ ਪਿਆ ਸਾਰੇ ਕਮਰੇ ਦਾ ਪਟਵਾ ਤੇ ਨਵੀਆਂ ਲਵਾ ਦਿਓ ਉਹ ਦਵਾਈਆਂ ਜੋ ਹੁਣੇ ਦਾ ਵਿੱਚ ਵੰਦੇ ਬਾਰੇ ਤਾਂ ਯੱਕੇ ਹੀ ਰੋਲਨ ਬਾਰੇ ਤਾਂ ਬੋਲੇ ਸਾ ਰੋਜ਼ ਲਾਸ਼ਾਂ ਨੇ ਭਰੀ ਭਰੀ ਤੇ ਹਸਪਤਾਲੋਂ ਨਿਕਲਦਿਆਂ ਖੜੇ ਨੇ ਸਾਡੇ ਕਲੀਨਿਕ ਦੇਖੋ ਅਸਾਂ ਨੇ ਪਿਉੜਾ ਦੇ ਆਲੇ ਕਲੀਨਿਕ ਨੂੰ ਕੋਈ ਨਹੀਂ ਆਉਂਦਾ ਉਹ ਬਾਬਾ ਜੀ ਸਾਰੇ ਪਿੱਛੋਂ ਲਗੇ ਵਦੇਵੇ ਤੁਸਾਂ ਆਪ ਕੋ ਦੇ ਕਿਨੋ ਤੁਸਾਂ ਤੁਹਾਡੇ ਦੁਕਾਨਾਂ ਤੁਹਾਡੇ ਹਸਪਤਾਲ ਬਿਲਕੁਲ ਵਿਰਾਨ ਪਿੰਛੇ ਉੱਥੇ ਕੋਈ ਬੰਦਾ ਨਹੀਂ ਹੁੰਦਾ ਤੁਹਾਡੇ ਕਨੇ ਅਗਰ ਠੀਕ ਥੀ ਵੰਦਾ ਤੁਹਾਡੇ ਕਨੇ ਆਵੇਂ ਨਾ ਦੇਖੋ ਲੋਕ ਠੀਕ ਥੀਂਦੇ ਸਾਰੇ ਕਨੇ ਆਉਂਦੇ ਤੋ ਦੇਖ ਨੂੰ ਹਸਪਤਾਲ ਕਿਵੇਂ ਭਰੇ ਪਿੰਨ ਯਾਨੀ ਕਿ ਲੋਕ ਇਥੇ ਕਿ ਠੀਕ ਥੀਂਦੇ ਤੇ ਦੁੱਖ ਰੜ ਕਨੇ ਆਉਂਦੇ ਆ ਇਹ ਆ ਗੱਲ ਹੈ ਤੁਹਾਡੇ ਹਸਪਤਾਲ ਭਰੇ ਕਿਉਂ ਪੈਨ ਭਰੇ ਹੀ ਸੰਗਣ ਪੈਨ ਉਹਨੇ ਦੇ ਇਲਾਜ ਸਹੀ ਥੀ ਵੇਂ ਤਾਂ ਉਹ ਹੀ ਤਾਂ ਘਰ ਵੰਜੇ ਅਸਾਂ ਇਲਾਜ ਸਹੀ ਕਰੇ ਨੂੰ ਸਾਡੇ ਪਾਸੇ ਕੋਈ ਮਰੀਜ਼ ਦਾਖਲ ਨਹੀਂ ਥੀਂਦਾ ਸਾਡੇ ਤਾਂ ਸ਼ਾਮ ਨੂੰ ਸਾਰੇ ਘਰ ਪਹੁੰਚ ਵੇਂਦੇ ਨੇ ਤੁਹਾਡੇ ਹਸਪਤਾਲ ਹੀ ਜ਼ੋਨ ਭਰੇ ਪੈਨ ਇਲਾਜ ਸਹੀ ਨਹੀਂ ਦਿੰਦੇ ਜੀ ਆ ਜੀ ਘਰ ਕਹਿ ਨਹੀਂ ਪੁੱਜੇ ਤੁਹਾਡੇ ਤੁਹਾਡੇ ਸਿੱਧੇ ਕਬਰਸਤਾਨ ਪੁੱਜੇ ਨੇ ਅੱਲਾ ਦਾ ਨਾਮ ਮੰਨੋ ਅੱਲਾ ਦਾ ਨਾਮ ਮੰਨੋ ਤੁਸਾਂ ਅੱਲਾ ਦਾ ਨਾਮ ਮੰਨੋ ਇਹ ਕੰਮ ਛੋੜ ਦਿਓ ਮਰਨਾ ਕਹਿ ਨਹੀਂ ਗਰੀਬੇ ਕੋ ਲੁੱਟੀ ਚਾਹੀ ਵੰਦੇ ਵੇ ਸਿਰਫ ਕੋਠਾ ਕੰਮ ਨਾਮ ਸੈਨ ਕਬਰ ਇੱਕ ਮਾਰ ਪੱਲ ਲਵਾਉ ਇਹ ਜਿਹੜੇ ਘਰ ਦੇ ਬਦਲਵੇਂਦੇ ਕਰੋ ਅੰਮੇ ਕੋ ਯਾਦ ਆ ਗਏ ਮੇਰੇ ਕਨੇ ਅਗਲੇ ਦੀ ਇੱਕ ਮਰੀਜ਼ ਆਏ ਉਹ ਆ ਤੇ ਤੁਹਾਡੇ ਜੇ ਜਿਵੇਂ ਡਾਕਟਰ ਮੇਰੇ ਖਾਲੇ ਮੇ ਕੋ ਤੁਹਾਡਾ ਨਾਂ ਸ਼ਾਇਦ ਬਕਵਾਸ ਹੈ ਤੁਸਾਂ ਵੀ ਬਲਾ ਓ ਸ਼ਾਇਦ ਆਕਾਸ਼ ਨਾਂ ਮੇਰਾ ਮੈਂ ਉਹ ਬਸ ਮੈਂ ਬਲਾ ਹੂੰ ਨਾਂ ਨਾਲ ਯਾਦ ਕਰਨ ਪੈ ਗਿਆ ਜੀ ਹੋ ਜਾਉਂਦੇ ਨਾਲ ਦੁੱਖ ਤੇ ਉਹ ਆ ਕੇ ਸੋਣਾ ਮੈਂ ਲੈ ਲਈ ਵੇਚ ਤੱਕ ਦਵਾਈ ਤੇ ਪੈਸੇ ਚਾਹ ਤੇ ਗਿਆ ਡਾਕਟਰ ਸ਼ਾਇਦ ਬਕਵਾਸ ਆਪਣਾ ਤੁਹਾਡੇ ਆਕਾਸ਼ ਸਾਹਿਬ ਕਨੇ ਅਬ ਉਹਨੇ ਮੈਂ ਕੁਛ ਮੈਂ ਆਕੇ ਬਾਬਾ 4,000 ਤਾਂ ਮੇਰੀ ਫੀਸ ਹੈ ਮੈਂ ਕਿ ਸੋਣਾ 2,000 ਵਾਲੀ ਰੱਖੋ ਨੂੰ ਮਲਾ ਦੇ ਤੇ ਮੈਂ ਦਵਾਈ ਦਾ ਨਾਲ ਗਿਣਣੀ ਹੈ ਅੱਗ ਦੀ ਸ਼ਨਾਖਤੀ ਕਾਰਡ ਜਮ੍ਹਾਂ ਕਰਾਈ ਮੈਨੂੰ ਮੈਂ ਸ਼ਨਾਖਤੀ ਕਾਰਡ ਜਮ੍ਹਾਂ ਕਰਾ ਤੇ ਆਇਆ ਬਸਤੀ ਦੇ ਵਿੱਚ ਮੈਂ ਸੂਦ ਦੇ ਉੱਤੇ 6,000 ਚਾਹ ਤੇ ਬਲਾ ਗਿਆ ਆਪਣੇ ਦਵਾਈਆਂ ਚਾਹ ਤੇ ਡਾਕਟਰ ਸ਼ਾਇਦ ਬਕਵਾਸ ਦੀ ਫੀਸ ਸ਼ਾਇਦ ਕਾਰਡ ਦੀ ਫੀਸ ਭਰੀ ਹੈ ਤੁਹਾਡੇ ਇਹ ਹਾਲ ਹੈ ਤੂੰ ਸਦਾ ਲੋਗੇ ਦੇ ਸਿਰਫ ਜੇਬੇ ਗੁਤਾਰੀ ਪਵੇ ਤੂੰ ਨੇ ਤੇ ਡੁੱਖੇ ਕੋ ਨਹੀਂ ਮੇਰੇ ਦੇ ਹੂੰ ਸ਼ੋਦ ਦੀ ਕਿਆ ਤੋ ਕੁਦਵਾਲ ਲੱਗਦੇ ਹੀ ਬਸ ਦਵਾਈ ਦੇ ਸਾਥ ਦੇ ਟਾਇਬ ਦੋ ਇਹਦੇ ਕੋ ਤਾਂ ਕਹਿੰਦੀ ਸ਼ਕਲ ਤਾਂ ਹੀ ਵਧੀਆ ਹੈ
बाबा जी बाबा जी इलाज इवें कहन थी दे पैसे लग जन असा तालीम हासिल की जैसे ना मेरा पूरा करोड़ रुपया लगे तालीम दे उते ते मैं बंद डॉक्टर बनया मैं 6 साल मैं कोर्स की दे बस डॉक्टर बनया मैं इवें तो नहीं बनते डॉक्टर पैसे लगे ता मेरे मैं कुए में पैसे कढ़ने नहीं मैं सही डॉक्टर साहब यो 6 साल तो कोर्स करते पैसे तो 1 महीने काट गिन दो हर पास तो लपोड़े फिरे दो इवें मरीज को आवे वे ना इन जरा पोटा बड़ा दे जे उन दे इलाज शुरू कर दे दो 6 साल बाद मरीज को पता लग दे मैं कोई बीमारी है हकीम साहब मेरे को है गाल दसो ए सारे मरीज मेरे खिलाफ तोरे कने आंदे तेरे लोग ने पैसे मुताड़ी वदन जेबे मुताड़ी वदन इलाज आले पास होइने दे हाथ तांगने वे अंकल अंकल तेरी वजह तो मेरा 20-25 हजार दा नुकसान दा पे आ जेड़ा नुकसान दा मेरे उठा के मरीज बैठे हो तब थी उनो तब थी उनो पहले मेरे गोडे दादा हुन सर दर्द थी के उठोनी तो उठो मेरा ठीक रवाना थी तू हो इलाज थी ना पिया हुन उठे हां मैं को भाई नगर जल्दी करा मैं अब डॉक्टर को कुछ ब्लड पर कराई थी ना मैंने उठो बाबा जी है कि मैंने उठो तो दुआ निकलो तो उठो तो मेरे ठीक रूस से एनी वजह तो रोजी है बर्बाद थी ओए चुप कर यार चुप अरे करे ना बनी सिर खा के नु है अपने मुकाबले शुरुआत कितने ने अबा अबा परेशान ना थी परेशान ना थी के जा हकीम जे नहीं हकीम दा इलाज थी ने अबा ठीक थी वनी तू तो चांदा नहीं जो अबा ठीक थी तू चांदे अबा मार वने ना माया दा अबा मार वनी दी पग मेरे सिर ते आवे हां डिठी अबा डिठी पग दिल दी गाल आ जी अबा रखे सी ये पग रखे सी तेरे मरण ते रखे सी बकवास ना करो चुप करो तफा दी उजो तू बाबा ठीक आ हाय मुबारक थी अबा ठीक थी अबा ठीक नहीं की अबा ठीक आ पहला डसे आ तफा दी उजो उडू ओ पहले लड़ते के डॉक्टर ते हकीम इडू तू हला जेड़ा नहीं मुकदा क्या करूं अब्बा अबे को डूमड़ में कहता कल्ला छोड़ दूं अबे प्यार है मैं निकल लूं तो निकल लूं तो ठीक है